ਧਿਆਨ ਉਹਦੇ ਤੋਂ ਹਟ ਕੇ ਉਸ ਚੀਜ਼ ਵਿੱਚ ਜਾਂਦਾ ਜੋ ਨਹੀਂ ਹੁੰਦਾ ਕੁਦਰਤੀ ਇਹ ਚੀਜ਼ ਨੇਚਰਲ ਹੈ ਜਿਵੇਂ ਜੋ ਕੋਲ ਹੈ ਉਹਦੇ ਤੇ ਧਿਆਨ ਨਹੀਂ ਜਾਂਦਾ ਜੋ ਨਹੀਂ ਕੋਲ ਉਹਦੇ ਤੇ ਜਾਂਦਾ ਵਾਰ-ਵਾਰ 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 ਉੱਥੀ ਜਾ ਹੀ ਜਾਂਦਾ ਬੰਦਾ ਫੋਕਸ ਉੱਥੇ ਕਰੀ ਜਾਂਦਾ ਮੇਰੇ ਨਾਲ ਵੀ ਹੁੰਦਾ ਹੈ ਕਈ ਵਾਰੀ ਤੁਹਾਡੇ ਚੋਂ ਕੋਈ ਇੱਕ ਬੰਦਾ ਮਨ ਕੇ ਚੱਲੋ ਉਹ ਬਹੁਤ ਅਪਸੈਟ ਹੈ ਜਾਂ ਕੁਝ ਹੋਰ ਹੈ ਮੇਰੇ ਨਾਲ ਜਦੋਂ ਗੱਲ ਕਰਦਾ ਉਹ ਮੈਨੂੰ ਯਾਦ ਰਹੀ ਜਾਂਦਾ ਬਾਕੀ ਸਾਰੇ ਜਿਹੜੇ ਬਹੁਤ ਖੁਸ਼ ਬਹੁਤ ਆਨੰਦ ਚ ਉਹ ਪੋਲੇ ਜਾਂਦੇ ਪਰ ਅਸੀਂ ਉਹਨਾਂ ਵੱਲ ਵੇਖਣਾ ਹੁੰਦਾ ਜੋ ਸਾਨੂੰ ਪਿਆਰ ਕਰਦੇ ਨੇ ਪੋਜ਼ਿਟਿਵ ਰਵਾਂਗੇ ਭਰੇ ਭਰੇ ਰਵਾਂਗੇ ਨਹੀਂ ਤੇ ਨੈਗੇਟਿਵ ਸੋਚੀ ਚੱਲੀਏ ਜਿੰਨਾ ਚਿਰ ਮਰਜੀ ਮੈਨੂੰ ਕੋਈ ਪਿਆਰ ਨਹੀਂ ਕਰਦਾ ਮੇਰਾ ਕੋਈ ਹੈ ਨਹੀਂ ਜਿਹੜੇ ਵੱਡੇ ਬੰਦੇ ਵੀ ਹੁੰਦੇ ਆ ਨਾ ਬਹੁਤ ਵੱਡੇ ਬੰਦੇ ਤੁਹਾਨੂੰ ਲੱਗਦਾ ਵੀ ਇੱਕ ਬੰਦੇ ਨੂੰ ਬਹੁਤ ਦੁਨੀਆ ਪਿਆਰ ਕਰਦੀ ਮੰਨ ਲਓ ਐਕਟਰ ਹੈ ਕੋਈ ਮੰਨ ਲਓ ਮੂਸੇ ਵਾਲਾ ਉਹਦੀ ਐਗਜ਼ਾਮਪਲ ਲੈ ਲੈਂਦੇ ਵੀ ਉਹਨੂੰ ਕਿੰਨੀ ਦੁਨੀਆ ਪਿਆਰ ਕਰਦੀ ਸੀ ਪਰ ਅਸਲ ਚ ਤੇ ਉਹਦੀ ਮਾਂ ਹੀ ਉਹਨੂੰ ਮਿਸ ਕਰਦੀ ਹੈ ਨਾ ਬਾਕੀ ਤੇ ਆਪਾਂ ਆਪਣੀ ਜ਼ਿੰਦਗੀ ਜੀ ਰਹੇ ਆਂ হাসਦੇਆਂ ਖੇਡਦੇਆਂ ਆਪਣੇ ਟੱਬਰਾਂ ਚ ਰਾਜੀ ਹਾਂ ਹੁਣ ਆਪਾਂ ਆਪਣੀ ਮੈਂਟਲ ਹੈਲਥ ਤੇ ਕੰਮ ਕਰ ਰਹੇ ਹਾਂ ਪਰਮੇਸ਼ਰ ਤੇ ਕੋਈ ਉਹ ਹੀ ਕਰਦਾ ਹੁੰਦਾ ਹੁਣ ਬੰਦਾ ਵੱਡਾ ਬੰਦਾ ਵੀ ਜਿਹੜਾ ਗਾਇਕ ਵੀ ਹੋਵੇ ਐਕਟਰ ਵੀ ਹੋਵੇ ਅਸਲ ਵਿੱਚ ਹੁੰਦੇ ਉਹਦੇ ਵੀ 1 2 3 4 ਹੀ ਨੇ ਬਸ ਇੰਨੇ ਹੀ ਹੁੰਦੇ ਨੇ ਹਰ ਬੰਦੇ ਦੀ ਦੁਨੀਆ ਐਡੀ ਕੀ ਹੁੰਦੀ ਹੈ ਸਾਨੂੰ ਲੱਗਦਾ ਹੁੰਦਾ ਬੰਦੇ ਦੀ ਕਿੱਡੀ ਵੱਡੀ ਦੁਨੀਆ ਇਹਦੀ ਕਿੰਨਾ ਵੱਡਾ ਦਾਇਰਾ ਹੈ ਦਾ ਫਿਰ ਸਟੈਪ ਹੁੰਦੇ ਨੇ ਇੱਕ ਬਹੁਤ ਕਲੋਜ਼ਲੀ ਫਿਰ ਇੱਕ ਦੂਜੇ ਨੰਬਰ ਤੇ ਹੁੰਦੇ ਨੇ ਫਿਰ ਇੱਕ ਤੀਜੇ ਨੰਬਰ ਤੇ ਹੁੰਦੇ ਨੇ ਪਰ ਹਰ ਬੰਦੇ ਦਾ ਦਾਇਰਾ ਇਦਾਂ ਇਦਾਂ ਇੰਨਾ ਹੀ ਹੁੰਦਾ ਸੋ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਵੱਲ ਫੋਕਸ ਰੱਖਿਆ ਜਿਹੜੇ ਤੁਹਾਡੇ ਸਾਹਾਂ ਚ ਸਾਹ ਲੈਂਦੇ ਆ ਜਿਹੜੇ ਤੁਹਾਨੂੰ ਮਿਸ ਕਰਦੇ ਆ ਜਿਹੜੇ ਤੁਹਾਡੀ ਘਾਟ ਮਹਿਸੂਸ ਕਰਦੇ ਤੁਸੀਂ ਘਰ ਨਹੀਂ ਹੋ ਜਿਨ੍ਹਾਂ ਨੂੰ ਤੁਹਾਡੀ ਘਾਟ ਮਹਿਸੂਸ ਹੁੰਦੀ ਏ ਜਿਨ੍ਹਾਂ ਨੂੰ ਤੁਸੀ ਯਾਦ ਆਉਂਦੇ ਉਹਨਾਂ ਨੂੰ ਯਾਦ ਕਰਿਆ ਕਰੋ ਇਹ ਗੱਲ ਮੈਂ ਬਹੁਤ ਵਾਰ ਕਹੀ ਆ ਫਿਰ ਅਸੀਂ ਕਈ ਵਾਰੀ ਨਾਲੇ ਨਾ ਜਿਹੜੀ ਨੈਗੇਟਿਵ ਸੋਚ ਹੁੰਦੀ ਹੈ ਮਲਟੀਪਲਾਈ ਹੁੰਦੀ ਹੈ ਮਲਟੀਪਲਾਈ ਹੋਈ ਜਾਂਦੀ ਹੈ ਨੇਚਰ ਹੈ ਨਾ ਜਿਹੜੀ ਨੇਚਰ ਕੁਦਰਤ ਇਹਦੇ ਵਿੱਚ ਤੁਸੀਂ ਜਿਹੜਾ ਵੀ ਬੀਜ ਬੀਜਣਾ ਉਹਨੇ ਲੱਖਾਂ ਗੁਣਾ ਹੋ ਜਾਣਾ ਹਜ਼ਾਰਾਂ ਗੁਣਾ ਸੈਂਕੜੇ ਗੁਣਾ ਹੋ ਜਾ ਧਰਤੀ ਦੇ ਵਿੱਚ ਆਪਾਂ ਇੱਕ ਬੀਜ ਬੀਜਣਾ ਉਹਨੇ ਧਰਤੀ ਨੇ ਮਲਟੀਪਲਾਈ ਕਰ ਦੇਣਾ ਕਈ ਗੁਣਾ ਹੋ ਜਾਣਾ ਸਰੀਰ ਵਿੱਚ ਆਪਾਂ ਇੱਕ ਗਲਤ ਖਾਣਾ ਖਾ ਲਓ ਉਹ ਬੈਡ ਬੈਕਟੀਰੀਆ ਕਈ ਗੁਣਾ ਕਰ ਦਿੰਦੀ ਹੈ ਥੋੜਾ ਜਿਹਾ ਬੈਕਟੀਰੀਆ ਬਾਹਰੋਂ ਪਾਣਾ ਆਪਾਂ ਮਤਲਬ ਮੰਨ ਕੇ ਚੱਲੋ ਫੂਡ ਗਲਤ ਹੈ ਪਰਸੋਂ ਇੱਥੇ ਮੈਂ ਸ਼ਾਮ ਨੂੰ ਥੋੜਾ ਜਿਹਾ ਮੈਨੂੰ ਡਾਕਟਰ ਨੇ ਕਿਹਾ ਹੋਇਆ ਵੀ 2 ਘੰਟੇ ਬਾਅਦ ਥੋੜਾ ਜਿਹਾ ਖਾਣਾ ਤੇ ਮੈਂ ਬਾਹਰੋਂ ਮੰਗਾ ਲਿਆ ਮੈਂ ਕਿਹਾ ਥੋੜਾ ਜਿਹਾ ਚੱਲੋ ਸਟਾਰਟਰ ਜਿਹਾ ਹੁੰਦਾ ਕੁਝ ਖਾ ਲਓ ਉਹ ਪਨੀਰ ਖਰਾਬ ਹੋਣਾ ਮਾੜਾ ਮੋਟਾ ਮੈਂ ਖਾਦਾ ਪਤਾ ਤੇ ਲੱਗ ਗਿਆ ਮੈਨੂੰ ਵੀ ਖਰਾਬ ਹੈ ਮੈਂ ਅੱਧਾ ਕੁ ਪੀਸ ਖਾਦਾ ਤੇ ਅੱਧੇ ਪੀਸ ਨੇ ਮੇਰਾ ਪੇਟ ਖਰਾਬ ਕਰਤਾ ਸੀ ਪਰਸੋਂ ਮੈਂ ਆਉਣ ਲੱਗਿਆ ਵੀ ਪਰੇਸ਼ਾਨ ਇੱਥੇ ਮੈਂ ਬੋਲ ਕੇ ਵੀ ਗਿਆ ਜਿੱਦਨ ਪਰ ਮੈਂ ਅੰਦਰੇ ਅੰਦਰ ਮੇਰੇ ਪੇਟ ਨੂੰ ਪ੍ਰੋਬਲਮ ਚੱਲ ਰਹੀ ਸੀ ਕੱਲ ਵੀ ਮੈਂ ਥੋੜਾ ਜਿਹਾ ਉਹਦੇ ਨਾਲ ਪਰੇਸ਼ਾਨ ਹੋਇਆ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਇੱਕ ਬੈਕਟੀਰੀਆ ਕੋਈ ਮੈਂ ਗਲਤ ਪਾਇਆ ਅੰਦਰ ਮੇਰੀ ਬਾਡੀ ਨੇ ਹੋਰ ਬੈਡ ਕਰਤਾ ਮਲਟੀਪਲਾਈ ਚੀਜ਼ਾਂ ਹੋ ਜਾਂਦੀਆਂ ਸਰੀਰ ਦੇ ਵਿੱਚ ਇਸੀ ਤਰ੍ਹਾਂ ਜਿਹੜਾ ਮਨ ਹੁੰਦਾ ਮਨ ਵਿੱਚ ਜਦੋਂ ਤੁਸੀਂ ਇੱਕ ਥੋਟ ਪਾ ਦਿੰਦੇ ਹੋ ਫਿਰ ਇਹ ਉਹਨੂੰ ਮਲਟੀਪਲਾਈ ਕਰ ਦਿੰਦਾ ਮੰਨ ਲਓ ਤੁਸੀਂ 네ਗੇਟਿਵ ਸੋਚਣਾ ਸ਼ੁਰੂ ਕੀਤਾ ਫਿਰ 네ਗੇਟਿਵ 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 ਪੋਜ਼ਿਟਿਵ ਸੋਚਣਾ ਸ਼ੁਰੂ ਕਰੋ ਫਿਰ ਪੋਜ਼ਿਟਿਵ 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 ਹੋਣ ਲੱਗ ਜਾਂਦਾ ਅਪਾਇਤੇ ਬਹੁਤ ਵਾਰ ਗੱਲ ਕੀਤੀ ਹੁਣ ਮੰਨ ਲਓ ਤੁਸੀਂ ਗੱਡੀ ਲੈਣੀ ਹੈ ਤੁਸੀਂ ਗੱਡੀ ਲੈਣੀ ਹੈ ਮੰਨ ਕੇ ਚੱਲੋ 스위프트 ਗੱਡੀ ਲੈਣੀ ਹੈ ਮੈਂ Swift ਗੱਡੀ ਖਰੀਦਣੀ ਹੈ ਮਾਈਂਡ ਨੂੰ ਇੱਕ ਥਾਟ ਦੇ ਦੋ ਵੀ Swift ਗੱਡੀ ਲੈਣੀ ਹੈ ਤੇ ਜਦੋਂ ਤੁਸੀਂ ਫੋਨ ਤੇ ਵੀ ਨੋਟ ਕਰਨਾ ਤੁਸੀਂ Swift ਦੇਖੀ ਜਾਣੀ ਜਿੱਥੇ ਆ ਗਈ ਤੁਸੀਂ ਕਲਿੱਕ ਕਰਨਾ ਹੈ ਵੀ ਅੱਛਾ ਆ ਰੰਗ ਕਿਵੇਂ ਲੱਗਦਾ ਹੈ ਰੋਡ ਦੇ ਉੱਤੇ ਪਟਿਆਲੇ ਜਾਈਂ ਚੰਡੀਗੜ੍ਹ ਜਾਈਂ ਤੈਨੂੰ ਪੁੱਛੀਏ ਵੀ ਤੂੰ ਕਿੰਨੀਆਂ Swiftਾਂ ਦੇਖੀਆਂ ਤੂੰ ਕਹੇਂਗਾ ਮੈਂ 20 ਦੇਖੀਆਂ ਮੈਂ 30 ਦੇਖੀਆਂ ਜੇ ਪੁੱਛਾਂਗੇ ਵੀ ਮਰੂਤੀਆਂ ਫੋਰਚੂਨਰਾਂ ਕਿੰਨੀਆਂ ਦੇਖੀਆਂ ਕਿਉਂਕਿ ਤੂੰ ਤੈਨੂੰ ਦੱਸਣੀ ਹੀ ਨਹੀਂ ਬ੍ਰੇਨ ਨੇ ਉਹੀ ਵਿਖਾਉਣਾ ਜੋ ਤੂੰ ਚਾਹੁੰਨਾ ਹੈ ਦਿਮਾਗ ਉਹੀ ਵਿਖਾਉਂਦਾ ਜੋ ਤੁਸੀਂ ਚਾਹੁੰਦੇ ਹੋ ਬਾਕੀਆਂ ਨੂੰ ਉਹ ਡਿਲੀਟ ਮਾਰ ਦਿੰਦਾ ਬਲੌਕ ਕਰ ਦਿੰਦਾ ਇੱਕ ਹੀ ਚੀਜ਼ ਫੋਕਸ ਹੋਈ ਜਾਂਦੀ ਹੈ ਬ੍ਰੇਨ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਇਹ ਗੱਡੀ ਚਾਹੁੰਦਾ ਹੈ ਉਹੀ ਦਿਖਾਈ ਜਾਂਦਾ ਵਾਰ-ਵਾਰ ਸੜਕ ਤੇ ਸਾਰੀਆਂ ਤੈਨੂੰ ਉਹੀ ਦਿਸਣਗੀਆਂ ਜਿਹੜਾ ਰੰਗ ਤੂੰ ਚਾਹੁੰਨਾ ਤੈਨੂੰ ਹਰ ਪਾਸੇ ਉਹ ਦੇਸੀ ਜਾਏਗਾ ਇਸੇ ਤਰ੍ਹਾਂ ਬ੍ਰੇਨ ਨੂੰ ਪਤਾ ਹੈ ਇਸੇ ਕਰਕੇ ਕੁਦਰਤ ਕਹਿ ਸਕਦੇ ਹੋ ਤੁਸੀਂ ਉਹਨੂੰ ਆਪਣਾ ਬ੍ਰੇਨ ਉਹਦਾ ਇੱਕ ਪਾਰਟ ਹੈ ਜੋ ਮੰਗ ਹੈ ठाकुरੇ ਆਪਣੇ ਤੇ ਸੋਈ ਸੋਈ ਦੇਵੇ ਚਤੁਰ ਦਿਸ਼ਾ ਕਿਨੋ ਵਾਲੇ ਆਪਣਾ ਸਿਰ ਉੱਪਰ ਕਰਤਾ ਰਿਓ ਚਾਰੇ ਦਿਸ਼ਾਵਾਂ ਵਿੱਚ ਫੈਲੀ ਹੋਈ ਨੇਚਰ ਹੈ ਕੁਦਰਤ ਹੈ ਤੇ ਬ੍ਰੇਨ ਵੀ ਆ ਆ ਵੀ ਉਹਦਾ ਹੀ ਹਿੱਸਾ ਹੈ ਤੇ ਜਦੋਂ ਸਾਡੇ ਦਿਮਾਗ ਵਿੱਚ ਇਹ ਚੀਜ਼ ਆ ਜਾਂਦੀ ਹੈ ਨਾ ਵੀ ਮੈਂ ਮੇਰੇ ਨਾਲ ਕੋਈ ਪਿਆਰ ਨਹੀਂ ਕਰਦਾ ਫਿਰ ਤੁਹਾਨੂੰ ਲਾਈਨਾਂ ਲਾ ਦਿੰਦਾ ਹੈ ਤੇ ਜੇ ਤੁਹਾਨੂੰ ਇਹ ਲੱਗੇ ਮੇਰੇ ਨਾਲ ਕੋਈ ਪਿਆਰ ਕਰਦਾ ਫਿਰ 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 ਚੰਗਾ ਚੰਗਾ ਵਖਾਣ ਲੱਗ ਜਾਂਦਾ ਹੈ ਬ੍ਰੇਨ ਨੂੰ ਪਤਾ ਲੱਗਦਾ ਵੀ ਤੂੰ ਚਾਹੁੰਦਾ ਕੀ ਹੈ ਤੁਸੀਂ ਹੱਸਣਾ ਚਾਹੁੰਦੇ ਹੋਵੋ ਤੁਹਾਨੂੰ ਉਹ ਚੁਟਕਲੇ ਵੀ ਯਾਦ ਆ ਜਾਣਗੇ ਜਿਹੜੇ ਤੁਸੀਂ ਯਾਦ ਨਹੀਂ ਕੀਤੇ ਮਾੜੀ ਜੀ ਗੱਲ ਤੇ ਵੀ ਹੱਸ ਪੋਗੇ ਤੇ ਜੇ ਤੁਸੀਂ ਰੋਣਾ ਚਾਹੁੰਦੇ ਹੋ ਫਿਰ ਤੁਹਾਨੂੰ ਉਹ ਗੱਲਾਂ ਵੀ ਬ੍ਰੇਨ ਚੇਤਾ ਕਰਾਊ ਜਿਹੜੀਆਂ ਤੈਨੂੰ ਨਹੀਂ ਵੀ ਚੇਤਾ ਇਹ ਵੇਖ ਲੈਂਦਾ ਵੀ ਹੁਣ ਰੋਣਾ ਚਾਹੁੰਦਾ ਹੈ ਇਹ ਫਿਰ ਤੈਨੂੰ ਉਹ ਜੀ ਚੀਜ਼ ਵੀ ਯਾਦ ਕਰਾਊ ਵੀ ਆਹ ਗੱਲ ਤੇ ਤੈਨੂੰ ਚੇਤਾ ਹੀ ਨਹੀਂ ਤੂੰ ਤਾਂ ਇਹਦੇ ਤੇ ਵੀ ਰੋਣਾ ਸੀ ਅਜੇ ਤੈਨੂੰ ਪਤਾ ਨਹੀਂ ਇੰਨੇ ਵੀ ਦਿਨ ਨਾਲ ਐ ਕੀਤਾ ਸੀ ਫਿਰ ਰਵਾਏਗਾ ਪਹਿਲੇ ਨੰਬਰ ਤੇ ਤੂੰ ਕੀ ਚਾਹੁੰਦਾ ਤੇ ਜਿਹੜੇ ਬੰਦਿਆਂ ਦਾ ਪੋਜੀਟਿਵ ਨਜ਼ਰੀਆ ਹੁੰਦਾ ਜਿਹੜੇ ਬੰਦੇ ਪੋਜੀਟਿਵ ਸੋਚਦੇ ਨੇ ਉਹਨਾਂ ਨੂੰ ਫਿਰ ਪੋਜੀਟਿਵ ਪੋਜੀਟਿਵ ਖਿਆਲ ਆਉਂਦੇ ਨੇ ਜਿਸ ਤਰ੍ਹਾਂ ਦੀ ਸੋਚ ਤੁਹਾਡੀ ਹੁੰਦੀ ਹੈ ਜਿਸ ਤਰ੍ਹਾਂ ਦੇ ਤੁਹਾਡੇ ਖਿਆਲ ਹੁੰਦੇ ਨੇ ਜਿਸ ਤਰ੍ਹਾਂ ਦਾ ਤੁਸੀਂ ਮੈਸੇਜ ਆਪਣੇ ਆਪ ਨੂੰ ਦਿੰਦੇ ਹੋ ਉੱਚੀ ਚ ਮਲਟੀਪਲਾਈ ਹੋਣੀ ਹੈ ਉਹਨੇ ਵਧੀ ਜਾਣਾ ਉਹਨੇ ਵਧੀ ਜਾਣਾ ਤੇ ਆਪਣੇ ਆਪ ਨੂੰ ਨਾ ਕਿਰਪਾ ਕਰਕੇ ਇਹ ਜ਼ਰੂਰੀ 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 ਬੇਨਤੀ ਹੈ ਵੀ ਅਵੇ ਰਿਆ ਕਰੋ ਵੀ ਅੱਜ ਕਿਤੇ ਮੇਰੇ ਮਾਈਂਡ ਨੂੰ ਮੈਸੇਜ ਗਲਤ ਤਾਂ ਨਹੀਂ ਚਲਿਆ ਗਿਆ ਕਿਤੇ ਵੀ ਮੈਂ ਯਾਰ ਅੱਜ ਐਂ ਸੋਚੀ ਜਾਂਦਾ ਐਂ ਸੋਚੀ ਜਾਂਦਾ ਐਂ ਸੋਚੀ ਜਾਂਦਾ ਕੀ ਮੇਰੇ ਦਿਮਾਗ 'ਚ ਗਲਤ ਫੁਰਨਾ ਤਾਂ ਨਹੀਂ ਆ ਗਿਆ ਕਿਤੇ ਖਿਆਲ ਮੈਂ ਬੀਜ ਗਲਤ ਤੇ ਨਹੀਂ ਬੀਜ ਲਿਆ ਤੁਸੀਂ ਬੜੇ ਧਿਆਨ ਨਾਲ ਆਪਣੇ ਮਨ ਨੂੰ ਆਪਣੇ ਵਿਚਾਰਾਂ ਨੂੰ ਰੋਜ਼ ਵੇਖਣਾ ਵੀ ਚੱਲਦਾ ਕੀ ਹੈ ਜੇ ਲੱਗੇ ਵੀ ਇੱਕ ਨੈਗੇਟਿਵ ਥੌਟ ਆ ਗਿਆ ਫਿਰ ਨਾਲ ਦੀ ਨਾਲ ਹੋਰ ਪਾਸੇ ਨੂੰ ਇਹਨੂੰ ਲਾਓ ਵੀ ਐਵੇਂ ਹੀ ਸੋਚਿਆ ਜਾ ਸਕਦਾ ਯਾਰ ਐਵੇਂ ਹੀ ਸੋਚਿਆ ਜਾ ਸਕਦਾ ਪੋਸਿਬਿਲਟੀ ਵਿਚਾਰਨੀ ਨਾ ਛੱਡਿਆ ਕਰੋ ਸੰਭਾਵਨਾਵਾਂ ਵਿਚਾਰਨੀ ਨਾ ਛੱਡਿਆ ਕਰੋ ਬੜਾ ਕੁਝ ਹੋਰ ਵੀ ਹੁੰਦਾ ਜਿਹੜੇ ਜਿਹੜੇ ਜਿਸ ਐਂਗਲ ਤੋਂ ਅਸੀਂ ਸੋਚਦੇ ਹੀ ਨਹੀਂ ਉਹਨਾਂ ਐਂਗਲਾਂ ਤੋਂ ਵੀ ਸੋਚਿਆ ਜਾ ਸਕਦਾ ਇਸ ਕਰਕੇ ਇੱਕ ਮੈਨੂੰ ਮੈਂ ਜਹਾਜ਼ ਵਿੱਚ ਇੱਕ ਵਾਰ ਬੈਠਾ ਮੈਂ ਆ ਰਿਹਾ ਸੀ ਕਿਤਰੂ ਬੈਂਗਲੌਰ ਵੱਲੋਂ ਇੱਕ ਮੁੰਡਾ ਮੇਰੇ ਨਾਲ ਪਤਾ ਨਹੀਂ ਕਿੱਥੋਂ ਪਿੱਛੇ ਸੀਟ ਤੇ ਉਹ ਮੇਰੇ ਨਾਲ ਵਾਲੇ ਨੂੰ ਕਹਿੰਦਾ ਵੀ ਤੂੰ ਮੈੜਾ ਜਾ ਮੇਰੀ ਸੀਟ ਤੇ ਚਲਾ ਜਾ ਮੈਂ ਗੱਲ ਕਰਨੀ ਹੈ ਕੋਈ ਹਿੰਦੂ ਵੀਰ ਸੀ ਕੋਈ ਚੰਡੀਗੜ੍ਹ ਦਾ ਮੇਰੇ ਨਾਲ ਬੈਠ ਗਿਆ ਮੈਨੂੰ ਕਹਿੰਦਾ ਭਾਈ ਸਾਹਿਬ ਮੈਂ 27 28 ਸਾਲ ਦਾ ਤੇ ਮੈਂ ਚੌਥੀ ਨੌਕਰੀ ਮੈਨੂੰ ਛੱਡਣੀ ਪੈਗੀ ਪਹਿਲੀ ਤੇ ਆ ਹੋ ਗਿਆ ਦੂਜੀ ਤੇ ਆ ਹੋ ਗਿਆ ਤੀਜੀ ਤੇ ਆ ਹੋ ਗਿਆ ਚੌਥੀ ਤੇ ਮੇਰੇ ਘਰੇ ਹੁਣ ਪ੍ਰੋਬਲਮ ਪੈ ਗਈ ਮੈਂ ਛੱਡ ਕੇ ਨੌਕਰੀ ਆ ਗਿਆ ਕਹਿੰਦਾ ਮੈਂ ਆ ਵੀ ਛੱਡਤੀ ਮੈਂ ਆ ਵੀ ਛੱਡਤੀ ਮੈਂ ਆ ਵੀ ਛੱਡਤੀ ਕੀ ਹੋ ਰਿਹਾ ਮੇਰੀ ਜ਼ਿੰਦਗੀ ਚ ਬੜਾ ਨੈਗੇਟਿਵ ਮੈਂ ਕਿਹਾ ਤੂੰ ਐ ਕਿਉਂ ਨਹੀਂ ਸੋਚਦਾ ਵੀ ਕਿਸੇ ਨੂੰ ਇੱਕ ਨੌਕਰੀ ਨਹੀਂ ਮਿਲਦੀ ਤੈਨੂੰ ਚਾਰ ਮਿਲੀਆਂ ਤੈਨੂੰ ਆ ਵੀ ਮਿਲੀ ਨੌਕਰੀ ਫਿਰ ਫਿਰ ਤੈਨੂੰ ਮਿਲ ਗਈ ਫਿਰ ਫਿਰ ਮਿਲ ਗਈ ਚੌਥੀ ਵਾਰੀ ਤੈਨੂੰ ਫੇਰ ਨੌਕਰੀ ਮਿਲ ਗਈ ਇਹਦਾ ਮਤਲਬ ਤੇਰੇ ਕੋਲ ਟੈਲੈਂਟ ਤਾਂ ਹੈਗਾ ਤੂੰ ਐਵੇਂ ਤਾਂ ਹੈ ਨਹੀਂ ਮੈਂ ਕਿਹਾ ਜਹਾਜ਼ 'ਚ ਬੈਠਾ ਬੈਂਗਲੌਰ ਤੋਂ ਆ ਰਿਹਾ 10000 ਦੀ ਤੇਰੀ ਘਟ ਤੋਂ ਘੱਟ ਟਿਕਟ ਹੋਣੀ ਹੈ ਤੇ ਤੇ ਟ੍ਰੇਨ ਦੇ ਉੱਤੇ ਤੇ ਟਿਕਟ ਜਿਹੜੀ ਸੀ ਉਹ 1500 ਦੀ ਵੀ ਆ ਜਾਂਦੀ ਹੈ ਤੂੰ 10000 ਦੀ ਟਿਕਟ ਟਿਕਟ ਵੀ ਐਮਰਜੈਂਸੀ ਲਈਏ ਹੋ ਸਕਦਾ 20000 ਦੀ ਆਈ ਹੋਵੇ ਤੇ ਤੂੰ ਜਹਾਜ਼ 'ਚ ਮੇਰੇ ਨਾਲ ਬੈਠਾ ਲੱਖਾਂ ਲੋਕੀ ਟ੍ਰੇਨ 'ਚ ਸਫ਼ਰ ਕਰ ਰਹੇ ਨੇ ਪਰ ਜੇ ਤੂੰ ਨੈਗੇਟਿਵ ਸੋਚੇਂਗਾ ਫਿਰ ਥੱਲੇ 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 ਜੇ ਪੋਜ਼ਿਟਿਵ ਸੋਚੇਂਗਾ ਉਹ ਇੰਨੇ ਜੋਗਾ ਤਾਂ ਹੈਗਾ ਚਾਰ ਨੌਕਰੀਆਂ 26 27 ਸਾਲ ਦੀ ਉਮਰ 'ਚ 28 ਸਾਲ ਦੀ ਉਮਰ 'ਚ ਚਾਰ ਨੌਕਰੀਆਂ ਤੈਨੂੰ ਨਿਕਲਿਆ ਫੇਰ ਫੇਰ ਹੋਰ ਕਿਤੇ ਮਿਲ ਗਿਆ ਉਥੋਂ ਨਹੀਂ ਹੋਰ ਕਿਤੇ ਮਿਲ ਗਿਆ ਉਥੋਂ ਨਹੀਂ ਹੋਰ ਕਿਤੇ ਮਿਲ ਗਿਆ ਮੈਂ ਕਿਹਾ ਐਂ ਕਿਉਂ ਨਹੀਂ ਸੋਚਦਾ ਵੀ ਤੂੰ ਐਵੇਂ ਨਹੀਂ ਹੈਗਾ ਤੇਰੇ ਚਾਚੇ ਤਾਏ ਦੇ ਰਿਸ਼ਤੇਦਾਰ ਪਿੰਡਾਂ 'ਚ ਹੋਣਗੇ ਜਿਹੜੇ ਵਿਚਾਰੇ ਆ ਨੂੰ ਇੱਕ ਨੌਕਰੀ ਨਹੀਂ ਮਿਲਦੀ ਤੈਨੂੰ ਚਾਰ ਵਾਰੀ ਹਾਂ ਕਹਿੰਦਾ ਐਵੇਂ ਹੀ ਸੋਚਿਆ ਜਾ ਸਕਦਾ ਮਤਲਬ ਸੋਚਿਆ ਜਾ ਸਕਦਾ ਹੁੰਦਾ ਹੈ ਹੋਰ ਇੰਗਣਾ ਤੋਂ ਵੀ ਜੋ ਕਿ ਅਸੀਂ ਸੋਚਦੇ ਦੀ ਸਾਡਾ ਬ੍ਰੇਨ ਸਟੱਕ ਹੋ ਜਾਂਦਾ ਹੈ ਇੱਕ ਪਾਸੇ ਨੂੰ ਸੋਚੀ ਜਾਂਦਾ ਇੱਕ ਪਾਸੇ ਨੂੰ ਸੋਚੀ ਜਾਂਦਾ ਫਿਰ ਇਸੇ ਕਰਕੇ ਮੈਂ ਬਾਰ ਬਾਰ ਕਹਿੰਦਾ ਵੀ ਨੈਗੇਟਿਵ ਜਿਹੜਾ ਥਾਟ ਹੈ ਬ੍ਰੇਨ ਨੂੰ ਕਦੇ ਨਾ ਦੋ ਇੱਕ ਰਾਹ ਬੰਦ ਹੁੰਦਾ ਹੈ ਕਈ ਰਾਹ ਹੋਰ ਖੁੱਲ ਜਾਂਦੇ ਨੇ ਬਸ਼ਰਤੇ ਤੂੰ ਉਹ ਰਾਹ ਵੇਖਣ ਵਾਲਾ ਹੋਵੇਂ ਤੈਨੂੰ ਦਿਸ ਜਾਣ ਬਸ ਬਹੁਤੂ ਰਾਹ ਹੁੰਦੇ ਨੇ ਬਸ ਜਦੋਂ ਤੂੰ ਕਾਲਾ ਪੈ ਜਾਂਦਾ ਹਾਏ ਮੇਰੇ ਨਾਲ ਐ ਹੋ ਗਿਆ ਫਿਰ ਐ ਹੋ ਗਿਆ ਫਿਰ ਤੈਨੂੰ ਜਿਹੜੇ ਉਹ ਤਿੰਨ ਚਾਰ ਰਾਹ ਖੁੱਲੇ ਹੁੰਦੇ ਨੂੰ ਦਿਸਦੇ ਹੀ ਨਹੀਂ ਤੂੰ ਹਾਈਪਰ ਹੀ ਇੰਨਾ ਹੋ ਜੰਨਾ ਤੂੰ ਕਾਲਾ ਹੀ ਇੰਨਾ ਪੈ ਜੰਨਾ। ਸਈ ਵਾਰੀ ਨਾ ਸਾਡੇ ਹੁਣ ਡੌਗ ਨੂੰ ਖੁੱਲਾ ਛੱਡਦੇ ਆ ਉਹ ਵਿਚਾਰਾ ਕਈ ਵਾਰੀ ਫਸਿਆ ਹੁੰਦਾ ਅੰਦਰ ਬੰਦ ਪਿਆ ਬਾਹਰ ਵਾਲੇ ਦਵਾਲੇ ਫਿਰ ਰਹੇ ਨੇ ਆਪਾਂ ਖੋਲਦੇ ਨਹੀਂ। ਕਈ ਵਾਰੀ ਉਹਨੂੰ ਖੋਲੀ ਦੋ ਇੰਨਾ ਤੇਜ ਆਉਂਦਾ ਉਹਨੂੰ ਅਸਲੀ ਰਾਹ ਹੀ ਨਹੀਂ ਦੇਖਦਾ ਵੀ ਜਾਣਾ ਕਿੱਧਰ। ਟੱਕਰਾਂ ਮਾਰੀ ਜਾਂਦਾ ਕੰਧਾਂ ਚ ਵੀ ਕਿੱਧਰ ਰਾਹ ਕਿੱਧਰ ਹੈ। ਕਈ ਵਾਰੀ ਜਦੋਂ ਅਸੀਂ ਕਾਲੇ ਬੁੰਨੇ ਆ ਉਹਦੋਂ ਅਸੀਂ ਟੱਕਰਾਂ ਮਾਰਦੇ ਆ। ਸਹਿਜ ਵਾਲਾ ਮਨ ਹੈ ਜਿਹੜਾ ਸਹੀ ਰਾਹ ਵੇਖਦਾ ਵੀ ਆਹ ਰਾਹ ਨਹੀਂ ਆਹ ਹੈਗਾ। ਐਨੀ ਐ ਹੈਗਾ ਐਨੀ ਐ ਹੈਗਾ ਉਹ ਤੂੰ ਠਹਿਰ ਤਾਂ ਸਹੀ ਹੁਣ ਅੱਜ ਮੈਨੂੰ ਇੱਕ ਵੀਰ ਪੁੱਛਦਾ ਸੀ ਵੀ ਘਰ ਜਾਣਾ ਹੈ ਤੇ ਘਰ ਵਾਲੀ ਦੀ ਵੀ ਸੁਣਨੀ ਪੈਣੀ ਹੈ ਮਾਂ ਦੀ ਵੀ ਸੁਣਨੀ ਪੈਣੀ ਹੈ ਬਣੂ ਕੀ ਕਰ ਜਾ ਕੇ ਹੁਣ ਇਹ ਮਸਲੇ ਤੁਹਾਡੇ ਵੈਸੇ ਤੇ ਪਰਸਨਲ ਹੋਣਗੇ ਪਰ ਇੱਕ ਗੱਲ ਤੇ ਹੋਊ ਨਾ ਤੇਰੇ ਚ ਹੁਣ ਸਹਿਜ ਹੈ ਤੂੰ ਧਿਆਨ ਨਾਲ ਸੁਣੇਗਾ ਘਰ ਵਾਲੀ ਦੀ ਗੱਲ ਸੁਣੇਗਾ ਛਾ ਚੱਲ ਸੁਣਾ 5 ਮਿੰਟ ਬੈਠੇਗਾ ਸੁਨੇਗਾ ਮਾਂ ਦੀ ਸੁਨੇਗਾ ਧਿਆਨ ਨਾਲ ਸੁਨੇਗਾ ਅੱਗੇ ਕੀ ਹੁੰਦਾ ਸੀ ਤੂੰ ਚੁੱਪ ਕਰ ਜਾ ਮੇਰੇ ਨਾਲ ਨਾ ਗੱਲ ਕਰ ਮੈਂ ਆਖਿਆ ਤਾ ਉਦੋਂ ਮਾਂ ਦੀ ਗੱਲ ਨਹੀਂ ਸੁਣਨੀ ਜਿਹੜਾ ਵੀ ਕੰਮ ਕਰਦਾ ਸੀ ਖਰਾਬ ਕਰ ਲੈਂਦਾ ਸੀ ਕਾਲੇ ਬੰਦੇ ਹਰ ਕੰਮ ਵਿਗਾੜ ਲੈਂਦੇ ਨੇ ਤੁਸੀਂ ਸਹਿਜ ਚ ਹੋਵੋਗੇ ਟਿਕੇ ਹੋਏ ਹੋਵੋਗੇ ਤੁਸੀਂ ਕਿਹੜਾ ਮਸਲਾ ਯਾਰ ਜਿਹੜਾ ਹੱਲ ਨਹੀਂ ਹੁੰਦਾ ਦੁਨੀਆ 'ਚ ਕੋਈ ਦੁਨੀਆ ਦਾ ਦੁੱਖ ਨਹੀਂ ਜਿਹੜਾ ਖਤਮ ਨਹੀਂ ਹੋ ਸਕਦਾ ਹਰwidetilde ਦਾ ਮਸਲਾ ਹੱਲ ਹੋ ਜਾਂਦਾ ਟਾਈਮ ਹਰ ਚੀਜ਼ ਨੂੰ ਭਰ ਦਿੰਦਾ ਹਰੇਕ ਚੀਜ਼ ਦਾ ਸੋਲੂਸ਼ਨ ਹੁੰਦਾ ਬਸ ਪਰ ਤੂੰ ਟਿਕ ਕੇ ਜੇ ਸੋਚੇ ਤੇ ਸੋਲੂਸ਼ਨ ਲੱਭ ਜਾਂਦਾ ਨਹੀਂ ਤੇ ਨਹੀਂ ਲੱਭਦਾ ਹੁਣ ਤੁਸੀਂ ਫਿਰ ਜਦੋਂ ਅੱਕ ਜਾਂਦੇ ਹੋ ਫਿਰ ਸੋਲੂਸ਼ਨ ਲੱਭਣ ਤੁਰਪੋ ਫਿਰ ਤੁਸੀਂ ਮੇਰੇ ਵਰਗੇ ਨੂੰ ਲੱਭਣਾ ਕੋਈ ਬਾਬਾ ਜੀ ਲੱਭਣ ਕੋਈ ਸਿਰ ਤੇ ਹੱਥ ਰੱਖਣ ਫਿਰ ਸਾਡਾ ਸੋਲੂਸ਼ਨ ਕਰ ਦੋ ਸਾਡੇ ਤੇ ਕਿਰਪਾ ਕਰ ਦੋ ਉਹ ਕਿਰਪਾ ਕਰਾਉਣ ਵਾਲੇ ਬੰਦੇ ਫਿਰ ਮੁੜ ਕੇ ਉਹਨਾਂ ਨਾਲ ਟੱਕਾ ਵੀ ਹੁੰਦਾ ਤੋਖਾ ਹੋ ਜਾਂਦਾ ਕਈ ਵਾਰੀ ਲੁੱਟਣ ਵਾਲੇ ਫਿਰ ਲੁੱਟਦੇ ਨੇ ਜ਼ਿੰਦਗੀ ਬਰਬਾਦ ਵੀ ਕਰ ਦਿੰਦੇ ਨੇ ਕਈ ਗਲਤ ਫਸ ਜਾਂਦੇ ਨੇ ਬੰਦੇ ਉਹਨਾਂ ਨੇ ਆਪ ਟ੍ਰਾਈ ਨਹੀਂ ਕੀਤੀ ਕਿ ਮੈਂ ਸਹਿਜ ਦੇ ਨਾਲ ਇਸ ਚੀਜ਼ ਨੂੰ ਹੱਲ ਕਰਾਂ ਕਿਉਂ ਨਹੀਂ ਹੱਲ ਹੋ ਸਕਦਾ ਹੁਣ ਮੈਨੂੰ ਦੱਸੋ ਕਈ ਬੰਦਿਆਂ ਦੇ ਅੰਦਰ ਫਿਊਚਰ ਪਲੈਨਿੰਗ ਆ ਜਦੋਂ ਆਈਆਂ ਵੀ ਅੱਗੇ ਕੀ ਕਰਨਾ ਹੈ ਕਈ ਚੀਜ਼ਾਂ ਤੁਸੀਂ ਸੋਚਿਆ ਸੀ ਵੀ ਹੱਲ ਨਹੀਂ ਹੋਣੀ ਆ ਪਰ ਹੁਣ ਤੁਹਾਡੇ ਦਿਮਾਗ 'ਚ ਇਹ ਵੀ ਹੱਲ ਹੋ ਗਈਆਂ ਮੈਂ ਜਾ ਕੇ ਕਰ ਲੈਣਗੇ ਆਈਆਂ ਕਿ ਨਹੀਂ ਆਈਆਂ ਫਿਊਚਰ ਪਲੈਨਿੰਗਾਂ ਕਈ ਕਲੀਅਰ ਹੋ ਗਈਆਂ ਵੀ ਐ ਕਰ ਲਾਂਗੇ ਕੋਈ ਗੱਲ ਨਹੀਂ ਜਿਹੜੀ ਚੀਜ਼ ਤੁਸੀਂ ਭੁੱਲੀ ਬੈਠੇ ਸੀ ਉਹ ਤੁਹਾਡੇ ਦਿਮਾਗ ਚ ਆਉਣ ਗਈਆਂ ਵੀ ਇਹ ਕਰ ਸਕਦਾ ਮੈਂ ਫਿਊਚਰ ਪਲੈਨਿੰਗ ਆਪਣੇ ਆਪ ਕਲੀਅਰ ਸਹਿਜ ਚ ਬੈਠਾ ਬੰਦਾ ਕੀ ਨਹੀਂ ਕਰ ਸਕਦਾ ਬੰਦਾ ਸਹਿਜ ਨਾਲ ਸੋਚੇ ਬਸ ਤੁਸੀਂ ਨਾ ਇੱਕ ਲਾਈਨ ਬਣਾ ਲੈਣੀ ਹੁੰਦੀ ਹੈ ਵੀ ਅੱਛਾ ਪ੍ਰੋਬਲਮ ਕੀ ਹੈ ਆ ਪ੍ਰੋਬਲਮ ਹੈ ਮੇਰੀ ਜ਼ਿੰਦਗੀ ਚ ਲਿਖ ਲਓ ਅੱਛਾ ਹੁਣ ਸੋਚੋ ਵੀ ਕੀ ਕੀ ਹੋ ਸਕਦਾ ਤੁਸੀਂ ਸੋਚਦੇ ਹੋ ਐ ਹੋ ਗਿਆ ਓਏ ਐ ਹੋ ਗਿਆ ਓਏ ਐ ਹੋ ਗਿਆ ਨਹੀਂ ਨਹੀਂ ਲਿਖ ਲਓ ਪ੍ਰੋਬਲਮ ਆ ਐਵੇਂ ਹੀ ਹੋ ਸਕਦਾ ਐਵੇਂ ਹੀ ਹੋ ਸਕਦਾ ਲਿਸਟ ਬਣਾਓ ਡੈਡੀ ਨਾਲ ਗੱਲ ਕਰ ਸਕਦਾ ਰਿਸ਼ਤੇਦਾਰਾਂ ਨੂੰ ਫੋਨ ਕਰਦਾ ਆ 10 ਦੋਸਤ ਦੇ ਇਹਨਾਂ ਨਾਲ ਗੱਲ ਕਰਕੇ ਵੇਖਦਾ ਆੜਤੀਏ ਨਾਲ ਗੱਲ ਕਰਕੇ ਵੇਖਦਾ ਲਾਈਨ ਬਣਾਓ ਇੱਕ ਲਿਸਟ ਬਣਾਓ ਲਿਸਟ ਬਣਾ ਕੇ ਫਿਰ ਤੁਸੀਂ ਅੱਛਾ ਵਾਰੀ-ਵਾਰੀ ਸਿਰ ਟਰਾਈ ਕਰੋ ਕੁਝ ਨਾ ਕੁਝ ਕਿਤੇ ਨਾ ਕਿਤੇ ਕੁਝ ਨਾ ਕੁਝ ਹੱਲ ਹੋ ਜਾਣਾ ਪਰ ਜੇ ਤੁਸੀਂ ਸਹਿਜ ਨਾਲ ਸੋਚੋਗੇ ਤਾਂ ਤੇ ਕਾਲਿਆਂ ਦੇ ਰਾਤ ਸਦਾ ਹੀ ਟੋਏ ਹੁੰਦੇ ਆ ਕਾਲਾ ਬੰਦਾ ਡਿੱਗਦਾ ਹੀ ਡਿੱਗਦਾ ਹੈ ਸ਼ਾਂਤ ਸੋਚੋ ਸ਼ਾਂਤ ਸੋਚੋ ਰਿਲੈਕਸ ਸੋਚੋ ਕੋਈ ਗੱਲ ਕਰਨੀ ਬਸ ਐ ਠੰਡੇ ਹੋ ਜਾਓ ਬਸ ਵੀ ਅੱਜ ਐਂ ਕਰੋ ਮੈਨੂੰ 5 ਕਿ ਮਿੰਟ ਦਿਓ ਦੇ ਉਹਦਾ ਕੰਟਾ ਮੈਂ ਬੈਠਦਾ ਆਪਣੇ ਆਪ ਚ ਹੋ ਜਾ ਬਸਦੇ ਆ ਕੀ ਹੋ ਸਕਦਾ ਪਰ ਜਿਹੜਾ ਰਿਐਕਟ ਕਰਨਾ ਹੈ ਨਾ ਉਹ ਨਹੀਂ ਇੱਕਦਮ ਹਾਈਪਰ ਹੋ ਗਿਆ ਤੱਤਾ ਹੋ ਗਿਆ ਦਿਮਾਗ ਖਿਲਰ ਗਿਆ ਸਾਰਾ ਫਿਰ ਤੁਸੀਂ ਕਹੋ ਵੀ ਹੁਣ ਸਾਡੀਆਂ ਮੁਸ਼ਕਲਾਂ ਦੇ ਹੱਲ ਹੋ ਜਾਣਗੇ ਕਦੀ ਨਹੀਂ ਹੋਣੇ ਹੋਰ ਜ਼ਿਆਦਾ ਕੰਮ ਵਿਗਾੜ ਲੈਨੇ ਆ ਸੀ ਸ਼ਾਂਤ ਰਹਿ ਕੇ ਆਪਣੇ ਹੱਲ ਕਰਿਆ ਕਰੋ ਫਿਰ ਮੈਂ ਅਗਲੀ ਗੱਲ ਜਿਹੜੀ ਤੁਸੀਂ ਪਿਆਰ ਕਰਦੇ ਹੋ ਤੇ ਉਹਨਾਂ ਨੂੰ ਤੁਸੀਂ ਚੇਤਾ ਕਰੋ ਜਿਹੜੇ ਤੁਹਾਨੂੰ ਪਿਆਰ ਕਰਦੇ ਨਹੀਂ